ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅੱਜ ਆਪਾਂ ਚੱਲੇ ਹਾਂ ਜੀ ਗਰੋਸਰੀ ਕਰਨ, ਅਤੇ ਤੁਹਾਨੂੰ ਕੋਟ ਦੇ ਨੀਚ ਦੀ ਵਿਖਾਉਂਦੇ ਹਾਂ ਜੀ ਗਰੋਸਰੀ ਸਟੋਰ। ਅਤੇ ਆਹ ਗਲੀਆਂ ਚੈੱਕ ਕਰੋ, ਕੋਟ ਦੇ ਨੀਚ ਦੀਆਂ ਲਾਗੇ ਹੀ ਇਹਦੇ ਚਰਚ ਆ, ਲਾਗੇ ਲਾਗੇ ਹੀ ਆ ਸਾਰੇ ਰੈਸਟੋਰੈਂਟ ਆ। ਅਤੇ ਆਹ ਬਿਲਡਿੰਗਾਂ ਚੈੱਕ ਕਰੋ, ਗ੍ਰਾਫਿਟੀ ਹੋਈ ਆ ਬੜੀ ਵਧੀਆ ਵਧੀਆ। ਅਤੇ ਲਾਗੇ ਹੀ ਆਹ ਸਾਹਮਣੇ ਪਾਰਕ ਆ, ਇੱਧਰ ਜਾਊਗੇ ਨਾ ਆਹ ਸਾਈਡ 'ਤੇ ਪਾਰਕ ਆ। ਅਤੇ ਲਾਗੇ ਹੀ ਆ ਕੋਲਜ ਆ, ਸਕੂਲ ਆ। ਦੇਖੋ ਬੱਚਿਆਂ ਨੇ ਕਿੱਡੀਆਂ ਸੋਹਣੀਆਂ ਸੋਹਣੀਆਂ ਕੀਤੀਆਂ ਹੋਈਆਂ ਪੇਂਟਿੰਗਾਂ। ਹਾਂ, ਇੱਧਰੋਂ ਪਾਰਕ ਹੋ ਜਾਂਦੀ ਸਟਾਰਟ ਸਾਰੀ, ਉੱਧਰ ਲੋਕ ਬੈਠੇ ਆ ਰਹੇ, ਪਰ ਆਪਾਂ ਜਾਣਾ ਉੱਧਰ ਦੂਸਰੀ ਸਾਈਡ। ਆਹ ਸਾਹਮਣੇ ਮਾਰਕੀਟ, ਆਪਾਂ ਇੱਧਰ ਚੱਲੇ ਹੁਣ ਜੀ ਗਰੋਸਰੀ ਸਟੋਰ। ਐਪਲ ਵਗੈਰਾ ਲੱਗੇ ਨੇ, ਆਹ ਸਾਰੀਆਂ ਸਬਜ਼ੀਆਂ ਇੱਥੇ ਲੱਗੀਆਂ, ਪਰ ਆਪਾਂ ਲੈਣੇ ਪਿਆਜ਼, ਟਮਾਟਰ ਅਤੇ ਅਦਰਕ। ਪਿਆਜ਼ ਹੁਣ ਉੱਧਰ ਲੱਗੇ ਨੇ। $5 ਦੇ ਆਹ, $4 ਵਾਲੇ। ਗਰੋਸਰੀ ਕਰ ਲਈ ਹੈ ਜੀ ਸਟੋਰ ਤੋਂ, ਅਤੇ ਆਹ ਚਰਚ ਬਾਰੇ ਤੁਸੀਂ ਸਰਚ ਕਰਿਓ, ਸੇਂਟ ਜੋਸਫ, ਇਹ ਜੀ ਕੈਨੇਡਾ ਦੀ ਸਭ ਤੋਂ ਵੱਡੀ ਚਰਚ ਆ, ਸਰਚ ਕਰਿਓ। ਅਤੇ ਆਹ ਸਟਰੀਟ ਆ ਜੀ ਮੇਨ ਕੋਟ ਦੇ ਨੀਚ ਦੀ, ਸੇਂਟ ਜੋਸਫ। ਉਹ ਬਿਲਡਿੰਗਾਂ ਵੀ ਇੱਧਰ ਬੜੀਆਂ ਸੋਹਣੀਆਂ ਸੋਹਣੀਆਂ। ਕੱਟ ਲੈ ਵਾਲ ਫਿਰ ਜੀ। ਆਓ ਜੀ, ਡਿਆ ਮੁੰਡਾ ਸਫਾਈ ਕਰਨ।
ਜ਼ੂਮ ਚੈੱਕ ਕਰੋ ਕੈਮਰੇ ਦਾ। ਸਾਰੀ ਹੋ ਗਈ ਆ ਤੇ ਮੁੰਡੇ ਨੇ ਵਾਲ ਵੀ ਆਪਣੇ ਕੱਟ ਲਏ ਆ ਤੇ ਹੁਣ ਆਪਾਂ ਚੱਲਾਂਗੇ ਸੇਂਟ ਜੋਸਫ ਹੀ ਚਰਚ ਵੇਖਣ ਤੇ ਉਸ ਤੋਂ ਪਹਿਲਾਂ ਇੱਕ ਕੰਮ ਕਰੀਏ ਸਬਜ਼ੀ ਬਣਾ ਲਈਏ। ਸ਼ਾਮਾਂ ਦੇ ਵੱਜ ਗਿਆ ਜੀ 8 ਤੇ ਹੁਣ ਚੱਲੇ ਹਾਂ ਜਿਮ ਨੂੰ ਤੇ ਉਹ ਮੁੰਡਾ ਵੇਖੋ ਕਿੰਨੀ ਕਾਹਲੀ 'ਚ ਤੁਰਨ ਡਿਆ। ਜਿਮ ਤਾਂ ਹੋ ਗਿਆ ਐਕਚੁਲੀ ਲੇਟ, ਜਿਮ ਹੋਇਆ ਨਹੀਂ ਬੰਦ, ਥੋੜ੍ਹੀ ਜਿਹੀ ਐਕਸਰਸਾਈਜ਼ ਲਾਵਾਂਗੇ ਅਤੇ ਫਿਰ ਚੱਲਾਂਗੇ ਸੇਂਟ ਲੋਰੈਂਟ। ਯਾਰ ਸੇਂਟ ਜੋਸਫ ਜਾਣਾ ਸੀਗਾ ਐਕਚੁਲੀ, ਉਹ ਨਾ ਕੈਂਸਲ ਹੋ ਗਿਆ ਪਲੈਨ, ਲੇਟ ਹੋ ਗਏ, ਕੋਈ ਕੰਮ ਪੈ ਗਿਆ ਸੀ। ਅਤੇ ਹੁਣ ਆਪਾਂ ਜਾਵਾਂਗੇ ਸੇਂਟ ਲੋਰੈਂਟ ਬਾਅਦ 'ਚ, ਤੁਹਾਨੂੰ ਉਹ ਵੀ ਵਿਖਾਵਾਂਗੇ। ਹੁਣ ਆਪਾਂ ਚੱਲੀਏ ਜਿਮ ਐਟ ਵਾਟਰ। ਦੇਖੋ ਬਾਈ ਵਿਊ ਦੇਖੋ ਕਿੰਨਾ ਮਸਤ ਆ ਰਿਹਾ ਉਸ। 5-6 ਮਿੰਟ ਕੀ ਵਾਕ ਹੋਰ ਰਹਿ ਗਿਆ ਜਿਮ ਕੇ ਲਈ। ਯਹਾਂ ਸੇ ਸਾਰਾ ਡਾਊਨ ਟਾਊਨ ਵਗੈਰਾ ਦਿਖਤਾ ਸਭ। ਯਾਰ ਜਾ ਨਹੀਂ ਸਕੇ ਪਰ ਅਰਬਨ ਪਲੈਨਟ ਆ ਗਏ ਤੇ ਆਹ ਲਈਆਂ ਯਾਰ ਸ਼ਰਟਾਂ, ਇੱਕ ਇਹਨੇ ਤੇ ਇੱਕ ਮੈਂ ਆਹ ਲਈ, ਦੋ ਲਈਆਂ ਸ਼ਰਟਾਂ ਲੈ ਲਈਆਂ ਨੇ। ਤੇ ਯਾਰ ਜਿਮ ਦਾ ਇਹ ਰੀਜ਼ਨ ਅਸੀਂ ਜਾ ਨਹੀਂ ਸਕੇ ਕਿਉਂਕਿ ਟਾਈਮ ਬਹੁਤ ਹੋ ਗਿਆ ਸੀ ਤੇ ਅਸੀਂ 10 ਵਜੇ ਤੱਕ ਸੇਂਟ ਲੋਰੈਂਟ ਪਹੁੰਚਣਾ ਵਾ, ਉੱਥੇ ਕਿਸੇ ਫਰੈਂਡ ਨੂੰ ਮਿਲਾਂ ਕਿਸੇ ਨੂੰ ਤੇ ਅਸੀਂ ਇੱਧਰ ਲੱਗ ਗਿਆ ਸਾਨੂੰ ਯਾਰ ਟਾਈਮ ਐਕਚੁਅਲੀ ਤੁਰ ਕੇ ਆਏ। ਪਹਿਲਾਂ ਰੇਟ ਬੋਟਰ ਜਾਣਾ ਸੀ, ਅਸੀਂ ਬਸ ਸੋਚਿਆ ਇੱਧਰ ਹੀ ਆਈਏ ਕੋਟ ਦੇ ਨੀਜ ਵਾਲੀ ਸਾਈਡ ਹੀ, ਅਤੇ ਅਸੀਂ ਇੱਧਰ ਵਾਲੀ ਜਿਮ ਗਏ ਅਤੇ ਜਿਮ ਹੀ ਬੰਦ। ਚਲੋ ਕੋਈ ਨਹੀਂ ਹੁਣ ਕੱਲ੍ਹ ਚੱਲਾਂਗੇ ਜਿਮ, ਹੁਣ ਡੰਡ ਡੁੰਡ ਮਾਰ ਲਾਂਗੇ ਅਤੇ ਫਿਰ ਖਾ ਪੀ ਕੇ ਰੋਟੀ ਪਾਣੀ ਨਾ ਧੋ ਗਏ ਅਤੇ ਚਲੋ ਵੀ ਸੇਂਟ ਲੋਰੈਂਟ। ਹੁਣ ਉੱਥੋਂ ਦੇ ਸਾਡੇ ਤੋਂ ਲੱਗੀ ਨਹੀਂ ਗਈ ਜਿਮ, ਘਰੇ ਆ ਕੇ ਮਾਰਨ ਡੇ ਅਸੀਂ। ਕਰੋ ਚੈੱਕ ਮਸਲਸ ਮੁੰਡੇ ਦੇ। ਤੇ ਜੀ ਹੋ ਗਏ ਰੈਡੀ, ਨਿਕਲ ਚੱਲੇ ਹਾਂ ਸੇਂਟ ਲੋਰੈਂਟ ਵੱਲ ਨੂੰ। ਉਹ ਸਾਡੇ ਜਾਣ ਡੇ ਆ ਬੰਦੇ ਸੱਜ ਵੱਜ ਕੇ, ਹੁਣ ਮੈਟਰੋ ਫੜਦੇ ਹਾਂ ਅਤੇ ਜਾਂਦੇ ਹਾਂ ਸੈਂਟ ਲੋਰੈਂਟ। ਉਹ ਟੱਪ ਹੀ ਗਿਆ ਜੇ, ਚਲੋ ਹੁਣ ਉੱਧਰੋਂ ਫੜਾਂਗੇ ਸਨੋ ਡੋਨ ਅਤੇ ਸਨੋ ਡੋਨ ਤੋਂ ਫਿਰ ਲਿਓਨੈਲ। ਕਰੋ ਚੈੱਕ ਨਿਕਲ ਗਏ ਹਾਂ ਸਨੋਡੋਨ ਵਾਲੀ ਚੋਂ ਅਤੇ ਹੁਣ ਆਪਾਂ ਜਾਵਾਂਗੇ ਫੜਾਂਗੇ ਮੋਂਟਮੋਰੈਂਸੀ ਵਾਲੀ, ਉਹ ਥੱਲੇ ਜਾਣੀ ਆ। ਆ ਗਈ ਆ ਜੀ ਮੈਟਰੋ। ਸਾਰੇ ਇਹਨੂੰ ਡਿਗਣ ਡਿਆ ਵੇਖੋ, ਤੇ ਇੱਕ ਦੋ ਉਧਰ ਵੀਰ ਤਿੰਨ
ਤਿੰਨਾਂ ਨੂੰ ਵੇ ਇੰਨਾ ਕਲਪਾਤਾ ਵਾ ਇਹਨੇ ਗੱਲਾਂ ਛੱਡ ਦੋ ਹੁਣ ਉਹ ਨਹੀਂ ਡਿਆ ਵੀ ਪਤਾ ਨਹੀਂ ਕਿੱਥੇ ਆ ਅਸੀਂ ਇਹਨੂੰ ਕਦੋਂ ਦਾ ਡੀਕਣ ਡੇ ਅੱਧਾ ਪੌਣਾ ਘੰਟਾ ਹੋ ਗਿਆ ਡੀਕਣ ਡੇ ਨੂੰ ਅਭੇ ਨਹੀਂ ਚੁੱਕੇ ਫੋਨ ਨਹੀਂ ਚੁੱਕਣ ਡਿਆ 2000 years later ਆ ਜੀ ਮੁੰਡਾ ਕਹਿੰਦੇ ਮਿਲ ਕੇ ਹੁਣ ਜਾਵਾਂਗੇ ਸੈਂਟ ਲੋਰੈਂਟ ਮੇਰੇ ਕੋਲ ਕਲਾਸਿਸ ਦੇਗਾ ਹੁਣ ਗਿਆਨ ਵੰਡੂਗਾ ਥੋੜਾ ਜਿਹਾ ਆ ਗਏ ਆ ਜੀ ਸੈਂਟ ਲੋਰੈਂਟ ਡਾਊਨ ਟਾਊਨ ਇੱਥੋਂ ਦੀ ਫਰਾਈਡੇ ਤੇ ਸੈਟਰਡੇ ਨੂੰ ਇੱਥੇ ਪੂਰਾ ਮਾਹੌਲ ਬਣਿਆ ਹੁੰਦਾ ਇੱਕ ਵਾਰੀ ਸਾਰਾ ਮੌਂਟਰੀਆਲ ਹੀ ਇੱਕ ਹਿਸਾਬ ਦਾ ਇਕੱਠਾ ਹੋ ਜਾਂਦਾ ਇੱਥੇ ਆ ਕਰੋ ਚੈੱਕ ਅਸੀਂ ਆਏ ਹੀ ਹਾਂ ਜਸਟ ਅਤੇ ਬਾਕੀ ਜ਼ਿਆਦਾਤਰ ਅੱਗੇ ਹੀ ਆ ਅੱਗੇ ਜਾਵਾਂਗੇ ਨਾ ਅਗਲੀ ਸਟਰੀਟ 'ਤੇ ਪੁੱਛ ਕਰੋ ਚੈੱਕ ਗੱਡੀਆਂ ਦਾ ਜਾਮ ਲੱਗ ਗਿਆ ਸਾਰਾ ਹੁਣ ਰੈੱਡ ਲਾਈਟ ਹੋ ਗਈ ਆ ਸਾਹਮਣੇ ਆ ਬਸ ਸਟਰੀਟ ਪਾਰ ਕਰਕੇ ਹੀ ਅੱਗੇ ਸਾਰੇ ਕਲੱਬ ਵਗੈਰਾ ਨੇ ਤੇ ਹੋਰ ਸਾਰੇ ਸੈਂਟ ਲੋਰੈਂਟ ਦੀ ਨਾਈਟ ਲਾਈਫ ਪੂਰੇ ਵਰਲਡ 'ਚ ਮਸ਼ਹੂਰ ਆ ਤੁਸੀਂ ਸਰਚ ਕਰਿਓ ਸੈਂਟ ਲੋਰੈਂਟ ਬਸ ਇੱਥੋਂ ਹੋ ਗਿਆ ਬਸ ਸਟਾਰਟ ਸਾਰਾ ਆ ਕਰੋ ਚੈੱਕ ਆ ਸਾਰੇ ਕਲੱਬਾਂ ਬਾਹਰ ਭੀੜ ਚੈੱਕ ਕਰੋ ਕਿੰਨੀ ਲੱਗੀ ਇੰਨੀ ਕੁ ਜ਼ਿਆਦਾ ਭੀੜ ਹੋ ਜਾਂਦੀ ਆ ਕਿ ਗੱਲਾਂ ਛੱਡ ਦੋ ਖਲੋਣ ਨੂੰ ਥਾਂ ਨਹੀਂ ਮਿਲਦੀ ਹੁਣੇ ਵੀ ਅਸੀਂ ਐਂ ਸਾਈਡ ਤੋਂ ਲੰਘ ਕੇ ਆਏ ਹਾਂ ਇੱਧਰ ਮਹਿੰਗੀਆਂ ਮਹਿੰਗੀਆਂ ਗੱਡੀਆਂ ਕੱਢ ਕੇ ਲੈ ਕੇ ਆਉਂਦੇ ਲੋਕ ਦੇਖੋ ਕੈਡੀ ਲੈ ਕੇ ਪੁਲਿਸ ਚੈੱਕ ਕਰੋ ਲਾਈਟਾਂ ਕਰੋ ਚੈੱਕ ਐਸ ਆਰ ਟੀ ਇੱਧਰ ਚੱਲਣ ਦੀ ਪਾਰਟੀ ਜੀ ਵੈਗਨ ਚਲਾਣ ਕੱਟਿਆ ਗਿਆ ਜੇ ਆਹ ਵੇਖੋ ਸਾਈਕਲਾਂ ਲਾ ਕੇ ਖਲੋਤੇ ਪੁਲਿਸ ਵਾਲੇ ਹਰਿਮੰਦਰ ਸਾਹਿਬ ਦੀ ਫੋਟੋ ਲੱਗੀ ਵੇਖੋ ਜਾਮਾ ਮਸਜਿਦ Niggas, let them fight yourself. Put the knee on the head, just sing it. Put the roof on fire.
2000 years later 3 ਵਜ ਗਏ ਨੇ ਰਾਤ ਦੇ ਤੇ ਹੁਣ ਜਾ ਰਹੇ ਆ ਸਾਰੇ ਜਣੇ ਘਰੋਂ ਘਰੀ ਤੇ ਹੁਣ ਅਸੀਂ ਵੀ ਚੱਲੇ ਆ ਕਰੋ ਚੈੱਕ ਹੁਣ ਖਾਲੀ ਹੋ ਗਿਆ ਥੋੜਾ ਜਿਹਾ ਅੱਗੇ ਤੇ ਭਰਿਆ ਪਿਆ ਸੀ ਸਾਰਾ ਸਟੋਰੀਆਂ ਲੱਗ ਰਹੀਆਂ ਨੇ ਗਾਣੇ ਚੂਜ਼ ਕੀਤੇ ਜਾ ਰਹੇ ਨੇ Thanks for watching. Bye. What? What?